ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਆਖਿਆ ਕਿ ਕੇਂਦਰੀ ਮੰਤਰੀ ਸ੍ਰੀ ਵੈਂਕਈਆ ਨਾਇਡੂ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਵੱਡੇ ਖੁਲਾਸੇ ਹੋਏ ਨੇ। ਸਿੱਧੂ ਦੇ ਮੁਤਾਬਿਕ ਪੱਤਰ ਵਿੱਚ ਸੂਬੇ ਦੀਆਂ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਕੇਂਦਰੀ ਅਤੇ ਸੂਬਾਈ ਫੰਡ ਜਾਰੀ ਕਰਨ ਦੇ ਮਾਮਲੇ ਵਿੱਚ ਘੋਰ ਵਿੱਤੀ ਬੇਨਿਯਮਾਂ ਦੇ ਵੱਲ ਇਸ਼ਾਰਾ ਕੀਤਾ ਗਿਆ ਹੈ। ਉਹਨਾਂ ਨੇ ਇਸ ਹਵਾਲੇ ਦੇ ਨਾਲ ਇਹ ਵੀ ਆਖਿਆ ਕਿ ਅਕਾਲੀ ਆਪਣੀਆਂ ਗਲਤੀਆਂ ਨੂੰ ਸੱਚ ਸਾਬਿਤ ਕਰਨਾ ਬੰਦ ਕਰਨ ਅਤੇ ਸਮੂਹ ਖੇਤਰਾਂ ਦੇ ਵਿੱਚ ਸੂਬੇ ਦੇ ਵਿਕਾਸ ਦੇ ਮੁੱਦੇ ਤੇ ਕਾਂਗਰਸ ਸਰਕਾਰ ਨੂੰ ਘੇਰਨ ਤੋਂ ਗੁਰੇਜ਼ ਕਰਨ, ਕਿਉਂਕਿ ਉਹਨਾਂ ਦੇ ਇੱਕ ਦਹਾਕੇ ਚੱਲੀ ਹਕੂਮਤ ਨੂੰ ਕੇਂਦਰੀ ਸ਼ਹਿਰੀ ਵਿਕਾਸ, ਮਕਾਨ ਉਸਾਰੀ ਅਤੇ ਸ਼ਹਿਰੀ ਗਰੀਬੀ ਹਟਾਓ ਮੰਤਰਾਲੇ ਨੇ ਸੱਚ ਦਾ ਸ਼ੀਸ਼ਾ ਵਿਖਾ ਦਿੱਤਾ। ਜਿਹੜੀ ਚਿੱਠੀ ਹੈ ਇਹ ਮੇਰਾ ਸਟੈਂਡ ਪੂਰੀ ਤਰ੍ਹਾਂ ਵਿੰਡੀਕੇਟ ਕਰਦੀ ਹੈ। ਮੈਨੂੰ ਕੋਈ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ। ਦੈਟ ਵਿਚ ਨੀਡਸ ਟੂ ਬੀ ਪ੍ਰੂਵਨ ਇਜ਼ ਨਾਟ ਵਰਥ ਅ ਟਾਸ। ਇਹਨਾਂ ਦੇ ਘਪਲੇ ਗੋਲਮਾਲ ਸਾਰੇ ਖੋਲ੍ਹ ਕੇ ਸਾਹਮਣੇ ਲਿਆਂਦੀ ਹੈ। ਉਹਨੇ ਕਿਹਾ ਅਪੋਲਿੰਗ ਸਟੇਟ ਹੈ ਤੁਹਾਡਾ, ਅਪੋਲਿੰਗ ਸਟੇਟ। ਕਿੱਥੇ ਹਾਲ, ਕੀ ਹਾਲ ਦੇ ਵਿੱਚ ਛੱਡ ਕੇ ਗਏ ਹੋ ਤੁਸੀਂ? ਉਹ ਕਹਿ ਕੇ ਗਿਆ ਵੀ ਤੁਸੀਂ ਜਿਹੜੇ ਪੈਸੇ ਅਸੀਂ ਤੁਹਾਨੂੰ ਜਿਹੜੇ ਕੰਮ ਲਈ ਦਿੱਤੇ ਸੀ, ਜਿਹੜੇ ਹੈੱਡ 'ਚ ਦਿੱਤੇ ਸੀ, ਤੁਸੀਂ ਉਹ ਪੈਸੇ ਉੱਥੇ ਲਾਏ ਨਹੀਂ ਅਸੀਂ ਤੁਹਾਨੂੰ, ਕਿਉਂਕਿ ਤੁਸੀਂ ਸਾਨੂੰ ਯੂਟੀਲਾਈਜੇਸ਼ਨ ਸਰਟੀਫਿਕੇਟ ਨਹੀਂ ਦਿੱਤੇ, ਇਸ ਕਰਕੇ ਤੁਹਾਨੂੰ ਅਸੀਂ ਅਗਲੇ ਪੈਸੇ ਨਹੀਂ ਭੇਜਣੇ ਅਤੇ ਅਸੀਂ ਜ਼ਿੰਮੇਵਾਰ ਨਹੀਂ ਜੇ ਤੁਸੀਂ ਸੰਗਤ ਦਰਸ਼ਨਾਂ 'ਚ ਖਰਚਦੇ ਰਹੇ ਹੋ।